ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਤੋਂ ਬਾਅਦ ਬੇਸ਼ੱਕ ਇਹ ਦਾਅਵਾ ਕੀਤਾ ਗਿਆ ਸੀ ਕਿ 30 ਦਸੰਬਰ ਤੱਕ ਲੋਕਾਂ ਦੀਆਂ ਪੈਸਿਆਂ ਸੰਬੰਧੀ ਆ ਰਹੀਆਂ ਦਿੱਕਤਾਂ ਖਤਮ ਹੋ ਜਾਣਗੀਆਂ, ਪਰ ਜਿਸ ਤਰ੍ਹਾਂ ਬੈਂਕਾਂ ਦੇ ਬਾਹਰ ਹਾਲਾਤ ਹਨ ਅਤੇ ਜਿਵੇਂ ਜਿਵੇਂ 30 ਦਸੰਬਰ ਨਜ਼ਦੀਕ ਆ ਰਹੀ ਹੈ, ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ, ਜਿਸ ਤੋਂ ਦੇਖ ਕੇ ਦੇਸ਼ ਦੇ ਵਿੱਤੀ ਸੰਕਟ ਵੱਲ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਲੋਕ ਸਰਕਾਰ ਦੇ ਇਸ ਫੈਸਲੇ ਬਾਰੇ ਉੱਪਰੋਂ ਤਾਂ ਇਹ ਕਹਿ ਰਹੇ ਹਨ ਕਿ ਬਹੁਤ ਵਧੀਆ ਫੈਸਲਾ ਹੈ, ਪਰ ਅੰਦਰੋਂ ਬਹੁਤ ਦੁਖੀ ਹਨ। ਗਲੀਆਂ ਬਾਜ਼ਾਰਾਂ ਵਿੱਚ ਲੋਕ ਇਹ ਚਰਚਾ ਕਰਦੇ ਆਮ ਦੇਖੇ ਜਾ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਤੇ ਵਿੱਤ ਮੰਤਰੀ ਜੇਤਲੀ ਦਿੱਲੀ ਬੈਠ ਕੇ ਚੈਨਲਾਂ ਵਿੱਚ ਹੀ ਬਿਆਨ ਦੇ ਰਹੇ ਹਨ ਕਿ ਲੋਕਾਂ ਨੂੰ ਬੈਂਕਾਂ 'ਚੋਂ ਪੈਸੇ ਲੈਣ ਲਈ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ, ਪਰ ਹਕੀਕਤ ਕੁਝ ਹੋਰ ਹੀ ਹੈ। ਲੋਕ ਇਹ ਵੀ ਚਰਚਾ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਤੇ ਜੇਤਲੀ ਜੇਕਰ ਅਸਲੀ ਹਕੀਕਤ ਦੇਖਣੀ ਚਾਹੁੰਦੇ ਹਨ ਤਾਂ ਬੈਂਕਾਂ ਦਾ ਦੌਰਾ ਕਰਕੇ ਵੇਖਣ। ਨੋਟਬੰਦੀ ਦੀ ਕਿੱਲਤ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੇ ਪੰਜਾਬ ਨੈਸ਼ਨਲ ਬੈਂਕ ਤੇ OBC ਬੈਂਕ ਦੇ ਬਾਹਰ ਲੋਕਾਂ ਨੇ ਧਰਨਾ ਲਾ ਦਿੱਤਾ। ਇਸ ਸੰਬੰਧੀ ਲੋਕਾਂ ਦੀਆਂ ਮੁਸ਼ਕਲਾਂ ਸੰਬੰਧੀ ਦਿਵਿਆ ਪੰਜਾਬ ਦੇ ਸੰਪਾਦਕ ਸਾਹਿਲ ਮਹਿਤਾ ਵੱਲੋਂ ਬੈਂਕਾਂ ਦੇ ਬਾਹਰ ਦੀ ਸਥਿਤੀ ਦਾ ਜਾਇਜ਼ਾ ਲਿਆ। ਪੇਸ਼ ਹੈ ਇਸ ਸੰਬੰਧੀ ਦਿਵਿਆ ਪੰਜਾਬ ਦੀ ਵਿਸ਼ੇਸ਼ ਰਿਪੋਰਟ। ਚਲੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 500 ਤੇ 1000 ਦੇ ਨੋਟ ਬੰਦ ਕਰਨ ਤੋਂ ਬਾਅਦ ਬੈਂਕਾਂ ਦੇ ਬਾਹਰ ਬਹੁਤ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਲੋਕਾਂ ਨੂੰ ਪੈਸੇ ਨਹੀਂ ਮਿਲਦੇ, ਤੇ ਆ ਇੱਧਰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਵਿਖਾਓ ਕਿੰਨੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਤੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਚੰਗੇ ਬੰਦੇ ਨੇ, ਜਿਹੜੇ ਤਗੜੇ ਬੰਦੇ ਨੇ, ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ, ਤੇ ਜਿਹੜੇ ਬਾਕੀ ਬੰਦੇ ਨੇ, ਜਿਹੜੇ ਦਿਹਾੜੀਦਾਰ ਬੰਦੇ ਨੇ ਜਾਂ ਕੋਈ ਮਜ਼ਦੂਰ ਬੰਦੇ ਨੇ, ਉਹਨਾਂ ਨੂੰ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾ। ਲੋਕੀ ਪੈਸੇ ਲੈ ਕੇ ਗਏ ਨੇ, ਕਾਫੀ ਦਿਨ ਹੋ ਗਏ ਨੇ ਚੈੱਕ ਭਰ ਕੇ ਦਿੱਤਾ ਹੋਇਆ, ਪਰ ਪੈਸੇ ਨਹੀਂ ਦਿੱਤੇ ਜਾ ਰਹੇ ਲੋਕਾਂ ਨੂੰ। ਇੱਥੇ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਮਤਲਬ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮਤਲਬ ਜਿਹੜੇ ਇਹਨਾਂ ਦੇ ਚੰਗੇ ਕਸਟਮਰ ਨੇ, ਜਿਹੜੇ ਵੱਧ ਪੈਸੇ ਲੈ ਕੇ ਆਉਂਦੇ ਨੇ, ਉਹਨਾਂ ਨੂੰ ਪਹਿਲਾਂ ਪਹਿਲ ਦੇ ਆਧਾਰ ਤੇ ਅੰਦਰ ਵਾੜਿਆ ਜਾ ਰਿਹਾ ਤੇ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ। ਸਾਨੂੰ ਇਹ ਪ੍ਰੋਗਰਾਮ ਹੈ ਬਈ, ਇਸ ਤਰ੍ਹਾਂ ਸਾਰੇ ਸਾਰੇ ਮਜ਼ਦੂਰ, ਸਾਰੇ ਮਤਲਬ ਕਿ ਭੈਣ ਭਰਾ ਜਨਾਨੀਆਂ ਸਾਰੀਆਂ ਇਕੱਠੀਆਂ ਹੋ ਕੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮਾਂ ਦੇ 5 ਵਜੇ ਤੱਕ ਅਸੀਂ ਇੱਥੇ ਠਹਿਰਦੇ ਹਾਂ। ਲੇਕਿਨ ਇਹ ਲੋਕ ਸਾਨੂੰ 3 ਵਜੇ ਤਾਂ ਕੈਸ਼ ਹੈਗਾ, 3 ਵਜੇ ਤੋਂ ਬਾਅਦ 5 ਵਜੇ ਆਖਦੇ ਨੇ ਕੈਸ਼ ਹੈ ਨਹੀਂ। ਆਦਮੀ ਜਿਹੜੇ ਨੇ ਵਾਪਸ ਨਿਰਾਸ਼ ਹੋ ਕੇ ਤੁਰ ਜਾਂਦੇ ਨੇ। ਅੱਜ 5 ਚਾਰ ਹੋ ਗਏ ਨੇ, ਫਿਰ ਆਦਮੀ ਅੱਛਾ ਜੀ, ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਅਸੀਂ 7 ਵਜੇ ਤੋਂ ਸਵੇਰ ਤੋਂ ਆ ਕੇ ਲਾਈਨ ਚ ਖੜੇ ਹੋ ਜਾਂਦੇ ਹਾਂ, ਤੇ ਸਾਨੂੰ ਕਿਹਾ ਜਾਂਦਾ ਹੈ ਕਿ ਕਦੀ 2 ਵਜੇ ਕੈਸ਼ ਆਊਗਾ, ਕਦੀ 5 ਵਜੇ ਕੈਸ਼ ਆਵੇਗਾ, ਤੇ ਲੋਕਾਂ ਨੂੰ ਕੈਸ਼ ਨਹੀਂ ਦਿੱਤਾ ਜਾ ਰਿਹਾ। ਤੇ ਆਓ ਆਪਾਂ ਹੋਰ ਵੀ ਕਿਸੇ ਨਾਲ ਮਾਤਾ ਜੀ ਦਾ ਕਹਿਣਾ ਹੈ ਕਿ ਮਤਲਬ ਘਰ ਚ ਬੱਚਾ ਬਿਮਾਰ ਹੈ ਤੇ ਮੈਂ ਪੈਸੇ ਲੈਣ ਆਈ ਹਾਂ ਆਪਣੇ ਪੈਨਸ਼ਨ ਦੇ, ਤੇ ਸਾਨੂੰ ਪੈਨਸ਼ਨ ਦੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ, ਤੇ ਗੇਟ ਬੰਦ ਕੀਤਾ ਹੋਇਆ। ਗੁੱਡੀ ਦਾ ਵਿਆਹ ਮਹੀਨਾ ਹੋ ਗਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਨ੍ਹਾਂ ਦੇ ਘਰ ਵਿਆਹ ਹੁੰਦਾ ਉਹਨਾਂ ਨੂੰ 2.5 ਲੱਖ ਰੁਪਏ ਤੱਕ ਦੇਣ ਦਾ ਐਲਾਨ ਕੀਤਾ ਸੀ, ਤੇ ਅੱਜ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਸਾਡੇ ਨਾਲ ਬਜ਼ੁਰਗ ਖੜੇ ਨੇ, ਉਹਨਾਂ ਦੇ ਘਰ 'ਚ ਵਿਆਹ ਵਾ, ਉਹਨਾਂ ਨੇ ਫਾਈਲ ਬਣਾਈ ਹੋਈ ਹੈ ਸਾਰੀ, ਤੇ ਮਤਲਬ ਉਹਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ, ਤੇ ਇਸ ਨੂੰ
मतलब भारत सरकार की गलत कारगुजारी या फिर जे बैंक काम कर रहे ने उन्हों की गलत कारगुजारी या फिर कि गलत कारगुजारी साबित हो रही है सवाल हूं यही खड़ा होया। ते आओ आप गल करते हैं जी उन्होंने जिन्होंने घट विया उन्होंने फाइल बनाई हुई है ते पैसे उन्होंने नहीं मिल रहे। हाँ जी मैं महीना हो गया भजे फिर कोई पैसा मेरी पुछ गई कोई जी मतलब विह के गुड्डी का विह गुड्डी का विह कोई पैसा नहीं मिला उन्होंने ठीक है की कहना चाहते हो इस बारे मोदी सरकार पैसे मिलने अच्छा मोदी सरकार ख्या कि मतलब लोग बहुत परेशान ने ते मोदी सरकार मुर्दाबाद के नारे तक भी लाए गए ते मतलब हुण आने वाले समय च वेखना यह होगा कि लोगों को होर अगे कितनी परेशानी का सामना करना पैंदा है। कैमरामैन कवलजीत के नाल साहिल मेहता संपादक दिव्या पंजाब।